ਉੱਥੇ ਆਉਂਦੀ ਹੈ ਜਿੱਥੇ ਅਲੀ ਤੇ ਅਲੀ ਦੇ ਪੁੱਤਰਾਂ ਦਾ ਜ਼ਿਕਰ ਹੋਏ। ਬਿਸਮਿਲ੍ਲਾ ਕਰਾਂ, ਤਵੱਜੋ ਕਰਨੀਏ, ਫਰਦੇਸਾਨੀ ਸੁਣਾ ਲੱਗਾ। ਹਰ ਦਮ ਰਹਿੰਦਾ ਵਿੱਚ ਅੱਖੀਆਂ ਦੇ ਵੀਰ ਨਬੀ ਦਾ ਚਾਨਣ ਬਣ ਕੇ, ਨਹੀਂ ਲਾਲਚ ਜੰਨਤ ਦਾ, ਨਹੀਂ ਲਾਲਚ ਜੰਨਤ ਦਾ, ਜਹੰਨਮ ਦਾ ਡਰ ਨਹੀਂ ਹੈ। ਬੁਲੰਦ ਸਿਤਾਰਾ ਬਖਤਾਂ ਦਾ ਕਿਉਂ ਜੋ ਸਾਡੇ ਦਿਲ ਵਿੱਚ ਵਸਦਾ ਏ, ਪਿਆਰ ਅਲੀ ਦਾ ਧੜਕਣ ਬਣ ਕੇ। ਯਾ ਅਲੀ, ਯਾ ਅਲੀ, ਬਾਬਾ ਦੇ ਗੁਲਾਮ ਸਲਵਾਤ। ਰਾਹ ਟੁਰਦਾ ਟੁਰਦਾ ਸਰਕਾਰੇ ਮੁਹੰਮਦ ਮੁਸਤਫਾ ਦੇ ਦਰਬਾਰ ਚ ਆਇਆ। ਵੇਖਿਆ ਦਾ ਅੱਲਾ ਦਾ ਨਬੀ, ਕਿਆ ਮੇਰੇ ਮੁਕੱਦਰਾਂ ਚ ਔਲਾਦ ਕੋਈ ਨਹੀਂ? ਸਰਕਾਰੇ ਮੁਹੰਮਦ ਮੁਸਤਫਾ ਲੋਹੇ ਮਹਿਫੂਜ਼ ਦੀ ਤਖਤੀ ਦਾ ਮੁਤਾਲਾ ਕੀਤਾ। ਰਾਹਿਬ ਦੇ ਪਾਸੇ ਵੇਖਿਆ ਦੇ, ਰਾਹਿਬ ਤੇਰੇ ਮੁਕੱਦਰਾਂ ਚ ਔਲਾਦ ਕੋਈ ਨਹੀਂ? ਰੋਂਦਾ ਹੋਇਆ ਮਦੀਨੇ ਦੀਆਂ ਗਲੀਆਂ ਚ ਆਇਆ ਹੈ, ਉੱਚੀ ਆਵਾਜ਼ ਨਾਲ ਆਦਾ ਹੈ, ਲੋਗੋ ਮੈਂ ਮੁਹੰਮਦ ਦੇ ਦਰਬਾਰ ਚੋਂ ਖਾਲੀ ਵੱਲਾ ਵੈਨਾ, ਮੈਂ ਮੁਹੰਮਦ ਦੇ ਦਰਬਾਰ ਚੋਂ ਖਾਲੀ ਵੱਲਾ ਵੈਨਾ, ਜੱਡਾ ਬਾਰ ਬਾਰ ਕੇ ਮੈਂ ਮੁਹੰਮਦ ਦੇ ਦਰਬਾਰ ਚੋਂ ਖਾਲੀ ਵੱਲਾ ਵੈਨਾ। ਕਾਇਨਾਤ ਚੋਂ ਸ਼ਹਿਨ ਸ਼ਾਨੇ ਨੂੰ ਰੋਂਦਾ ਵੇਖਿਆ, ਜਿਹਨੇ ਕਾਇਨਾਤ ਚ ਕਦਾ ਕਿਸੇ ਨੂੰ ਰੋਂਦਾ ਨਾ ਵੇਖਿਆ, ਆਕਾ ਹੁਸੈਨ ਵੇਖਿਆ। ਰਾਹਿਬ ਕਿਉਂ ਰੋਣਾ ਹੈ? ਆਦਾ ਮੈਂ ਅੱਲਾ ਦੇ ਨਬੀ ਦੇ ਦਰਬਾਰ ਚ ਔਲਾਦ ਵਾਸਤੇ ਗਿਆ, ਮੇਰੇ ਕੋਲ ਅੱਲਾ ਦੇ ਨਬੀ ਆਖਿਆ ਤੇਰੇ ਮੁਕੱਦਰਾਂ ਚ ਔਲਾਦ ਕੋਈ ਨਹੀਂ। ਆਕਾ ਹੁਸੈਨ ਬਾਦਸ਼ਾਹ ਰਾਹਿਬ ਦੇ ਪਾਸੇ ਵੇਖਿਆ ਦੇ, ਰਾਹਿਬ ਆ ਮੈਂ ਤੈਨੂੰ ਔਲਾਦ ਗਿਣਾ ਦੇਵਾ, ਆ ਮੈਂ ਤੈਨੂੰ ਔਲਾਦ ਗਿਣਾ ਦੇਵਾਂ, ਆ ਮੈਂ ਤੈਨੂੰ ਔਲਾਦ ਗਿਣਾ ਦੇਵਾਂ, ਜਿਹੜਾ ਬਾਰ ਬਾਰ ਕਿਹਾ ਮੈਂ ਤੈਨੂੰ ਔਲਾਦ ਗਿਣਾ ਦੇਵਾਂ। ਉਸ ਵੇਲੇ ਰਾਹਿਬ ਆਦਾ, ਯਾਰ ਛੋਟਾ ਜਿਹਾ ਸ਼ਹਿਜ਼ਾਦਾ ਹੈ, ਕਿਹੜੀਆਂ ਸੋਹਣੀਆਂ ਵਧਾ ਗੱਲਾਂ ਕਰਦਾ ਹੈ, ਜ਼ਿੰਦਗੀ ਆਉਣ ਵਾਸਤੇ ਰਹੋ। ਟੁਰਦੇ ਟੁਰਦੇ ਸਰਕਾਰੇ ਮੁਹੰਮਦ ਮੁਸਤਫਾ ਦੇ ਦਰਬਾਰ ਚ ਆਏ। ਨਾਨਾ ਮੈਂ ਨਹੀਂ ਆਦਾ, ਇਹ ਆਦਾ ਮੈਂ ਤੇਰੇ ਨਾਨੇ ਮੁਹੰਮਦ ਦੇ ਦਰਬਾਰ ਚ ਔਲਾਦ ਵਾਸਤੇ ਗਿਆ, ਤੇ ਤੇਰੇ ਨਾਨੇ ਆਖਿਆ ਔਲਾਦ ਕੋਈ ਨਹੀਂ। ਉਸ ਵੇਲੇ ਸਰਕਾਰ ਮੁਹੰਮਦ ਮੁਸਤਫਾ ਪੁੱਤਰ ਦੇ ਪਾਸੇ ਬੈਠਾ, ਦੇਖ ਕਿਆ ਦਿਨ ਮੇਰਾ ਸੋਹਣਾ ਬਚੜਾ, ਕਿਆ ਕਰਨਾ ਹੈ? ਸਰਕਾਰ ਇਮਾਮ ਹੁਸੈਨ ਬਾਦਸ਼ਾਹ ਨਾਨੇ ਦੇ ਪਾਸੇ ਵੇਖਿਆ ਤੇ, ਨਾਨਾ ਤੁਸੀਂ ਦੁਆ ਦੇ ਹੱਥ ਬੁਲੰਦ ਕਰੋ, ਮੈਂ ਹੁਸੈਨ ਦੁਆ ਮੰਗਣਾ। ਬਿਸਮਿਲ੍ਲਾ, ਹੱਥ ਚਾਹੋ ਥੋੜ੍ਹਾ ਜਿਹਾ ਕਿ ਮੈਂ ਦੁਆ ਦੇ ਹੱਥ, ਦੁਆ ਦੇ ਹੱਥ ਚਾਹੋ, ਮੈਂ ਹੁਸੈਨ ਦੁਆ ਮੰਗਣਾ। ਦੁਆ ਮੰਗੀ, ਰਾਹਿਬ ਦੇ ਪਾਸੇ ਵੇਖਿਆ ਦੇ, ਰਾਹਿਬ ਇੱਕ ਦੇਵਾਂ, ਦੋ ਦੇਵਾਂ, ਤ੍ਰੈ ਦੇਵਾਂ, ਕਿਤਨੇ ਪੁੱਤਰ ਮਿਲ ਗਏ? ਸੱਤ ਪੁੱਤਰ ਮਿਲ ਗਏ। ਰਾਹਿਬ ਖੁਸ਼ ਹੋਇਆ, ਆਪਣੇ ਇਲਾਕੇ 'ਚ ਆਇਆ, ਗਲੀ 'ਚ, ਮੁਹੱਲੇ 'ਚ, ਲੋਕਾਂ ਦੇ, ਰਾਹਿਬ ਥੋੜ੍ਹੀ ਦੇਰ ਪਹਿਲੇ ਰੋਂਦਾ ਪੀਆ ਹੈ, ਹੁਣ ਹੱਸਦਾ ਕਿਉਂ ਹੈ, ਮੁਸਕਰਾਉਂਦਾ ਕਿਉਂ ਹੈ, ਹੱਸਣ ਦੀ ਵਜੂਹਾਤ ਦੱਸਾ। ਉਸ ਵੇਲੇ ਰਾਹਿਬ ਇਹਨਾਂ ਲੋਕਾਂ ਦੇ ਪਾਸੇ ਵੇਖਿਆ ਦੇ, ਯਾਰ ਖੁਸ਼ੀ ਕਿਉਂ ਨਾ ਹੋਵਾ, ਹੋਏ ਕਰਮ ਨੇ ਜਿਹੜੇ ਸਦਕੇ ਸਕੀ ਦੇ ਪਾਲੇ ਵਿੱਚ ਮੇਰੇ। ਹੋਇਆ ਕਿਆ, ਮੁਕੱਦਰ ਖੁੱਲ ਗਏ ਨੇ, ਪੁੱਤਰ ਸੱਤ ਮਿਲ ਗਏ ਨੇ, ਲਾਜਪਾਲਾਂ ਦੀ ਹੋ ਗਈ ਹੈ ਲਾਜਪਾਲੀ, ਕਿਉਂ ਜੋ ਮੇਰੇ ਨਾਲ ਗਿਆ ਹੈ ਚੰਨ ਜ਼ਹਰਾ ਦਾ ਸਾਮਣ ਬਣ ਕੇ। ਜ਼ਿੰਦਗੀ ਆਉਣ ਵਾਸਤੇ ਰਹੋ। ਮੇਰੇ ਹਿੱਸੇ ਦੀ ਜਨਾਬ ਡਿਊਟੀ ਹੋ ਗਈ। ਮੌਲਾ ਬੜਾ ਬੜੇ ਮੇਰੇ ਬਾਈ ਦਾ ਕਬੂਲ ਜਸ਼ਨ ਹੈ, ਮੌਲਾ ਕਬੂਲ ਫਰਮਾਨ। ਆਖਰੀ ਸ਼ੇਰ, ਕਿਉਂਕਿ ਮੇਰੇ ਬਾਅਦ ਵੀ ਵਾਜਬੁਲ ਇਹਤਰਾਮ ਤਸ਼ਰੀਫ ਫਰਮਾਨ ਹੈ। ਅੱਲਾ ਦੇ ਨਬੀ ਹਿਜਰਤ ਕਰਨ ਲੱਗੇ, ਐਲਾਨ ਕੀਤਾ, ਤਵੱਜੋ ਚ ਬੈਠੇ ਹੋ ਜੀ, ਐਲਾਨ ਕੀਤਾ, ਕੋ ਹੈ ਜਿਹੜਾ ਮੈਂ ਮੁਹੰਮਦ ਦੇ ਬਿਸਤਰ ਤੇ ਸਮਝ ਆਏ, ਕੋਈ ਹੈ ਜਿਹੜਾ ਮੈਂ ਮੁਹੰਮਦ ਦੇ ਬਿਸਤਰ ਤੇ ਸਮਝ ਆਏ। ਬੜੇ ਬੜੇ ਜਵਾਨ ਅੱਗਾ ਵਧੇ, ਬੜੇ ਬੜੇ ਪਲਵਾਨ ਅੱਗਾ ਵਧੇ, ਮੌਲਾ ਅਸਾਂ ਸਮਝਦੇ ਹਾਂ। ਅੱਲਾ ਦੇ ਨਬੀ ਆਖਿਆ, ਐਲਾਨ ਗੌਰ ਦੇ ਨਾਲ ਸੁਣੋ, ਇਹ ਆਮ ਬਿਸਤਰ ਨਹੀਂ, ਇਹਦੇ ਤੇ ਮੌਤ ਹੀ ਆ ਸਕਦੀ ਹੈ। ਲਫ਼ਜ਼ ਮੌਤ ਆਇਆ, ਬੜੇ ਬੜੇ ਜਵਾਨ ਪਲਵਾਨ ਨੱਸ ਗਏ। ਵਕਤ ਅੱਲਾ ਦੇ ਨਬੀ ਆਖਿਆ, ਕੋ ਹੈ ਜਿਹੜਾ ਮੈਂ ਮੁਹੰਮਦ ਦੇ ਬਿਸਤਰ ਤੇ ਸਮਝ ਆਏ। ਉਸ ਵੇਲੇ ਤੇਰੇ ਤੇ ਮੇਰੇ ਪਹਿਲੇ ਮੌਲਾ ਅਲੀ ਅਲੈਹਿ ਸਲਾਮ ਇਮਾਮ ਇਵੇਂ ਅੱਲਾ ਦੇ ਨਬੀ ਦਾ ਪਿਆਰ ਦੇ ਨਾਲ ਹੱਥ ਨ ਪਾਏ ਤੇ ਮੁਸਕਰਾ ਮੁਸਕਰਾ ਕੇ ਪਿਆ ਦਿਨ, ਔਖੇ ਵੇਲੇ ਐਰੇ ਗਹਿਰੇ ਆਪਣੇ ਨਹੀਂ ਬਣਦੇ,
कौन दरिश्ते तू बेशक हिजरत कर किसे को लो ना डर तू बेशक हिजरत कर किसे को लो ना डर मैं हशे वैसा प्यो सहारा दा बिल्कुल तेरा तन मन बन के हचो भाई हाय दरी मौलाना सैयद मेहदी हसनैन साहब जश्न पाक की मुबारकबाद मोमिनीन को पेश करेंगे। इनके बाद थोड़ा सा वक्फा होगा लंगर का। वक्फे के फौरन बाद जाकर जमीरुल हसन जौहर साहब पहुंच गए। सैयद मोहम्मद अब्बास रिजवी साहब तशरीफ लाए। दूसरी शख्सियात भी पहुंच जाएंगी तशरीफ लाते हैं। मौलाना मादी हसन साहब जिक्र मोहम्मद वाले मोहम्मद भी हसनैन फातिहा बिस्मिल्लाह रहमान नारे तकबीर नारे तकबीर नारे रसालत नारा हैदरी नारा हैदरी हुसैनियत हुसैनियत यजीदियत